ਬੈਂਕ ਆਫ ਕੈਨੇਡਾ ਜਾਂ ਜਿੰਨੇ ਵੀ ਸੈਂਟਰਲ ਬੈਂਕ ਗਵਰਨਰ ਸੇ ਜੋ ਅੰਨੇ ਵਾਦ 10 11 ਵਾਰੀ ਉਹਨਾਂ ਨੇ 2022 ਤੋਂ ਇੰਟਰਸਟ ਵਧਾਏ ਆ ਉਹ ਬੰਦ ਹੋ ਗਿਆ ਸਿਲਸਿਲਾ ਜੜੀ ਇਨਫਲੇਸ਼ਨ ਇੱਕ ਹੈਡਕ ਬਣੀ ਹੋਈ ਸੀ ਕੀ ਉਹ ਇਨਫਲੇਸ਼ਨ ਦਾ ਰੁਝਾਨ ਥੱਲੇ ਵੱਲ ਹੈ ਰਾਹਤ ਮਿਲ ਗਈ ਠੀਕ ਹੈ ਹਾਂ ਰਾਹਤ ਮਿਲੀ ਹੈ ਤੇ ਹੁਣ ਰਾਹਤ ਜੜੀ ਆਖਿਰ ਚ ਹੈਗੀ ਆ ਉਹ ਇੰਟਰਸਟ ਰੇਟਸ ਦੀ ਹੈ ਇਸ ਤੋਂ ਬਾਅਦ ਐਫੀਸ਼ੀਐਂਸੀ ਲਈ ਤੁਸੀਂ ਚਾਈਨਾ ਨੂੰ ਵੇਚ ਸਕਦੇ ਔਰ ਨਾ ਤੁਸੀਂ ਕਿਸੇ ਐਸੇ ਕੰਟਰੀ ਨੂੰ ਵੇਚ ਸਕਦੇ ਆ ਜਿਹੜਾ ਅੱਗੇ ਚਾਈਨਾ ਹੁੰਦੇ ਆ ਜਿਹੜਾ ਅੱਗੇ ਚਾਈਨਾ ਨੂੰ ਵੇਚੇ ਤੇ ਨਾ ਤੁਸੀਂ ਉਹ ਮਸ਼ੀਨਾਂ ਵੇਚ ਸਕਦੇ ਆ ਮਤਲਬ ਸਾਫ ਕੀ ਹੈ ਮਤਲਬ ਇਹ ਨਹੀਂ ਹੈ ਵੀ ਦਿਖਾਣ ਨੂੰ ਕੁਝ ਹੋ ਰਿਹਾ ਹੈ ਭਈ ਕਹਿਣ ਨੂੰ ਕੁਝ ਹੋ ਰਿਹਾ ਹੈ ਦੇ ਤੇਰਾ ਐਬਸੋਲੂਟਲੀ ਬਲੰਟ ਕਿ ਉਹ ਚਾਈਨਾ ਨੂੰ ਉਹਨਾਂ ਨੇ ਉੱਤੇ ਨਹੀਂ ਆਣ ਦੇਣਾ ਕਿ ਜੇ ਰੇਟ ਆਫ ਇੰਟਰਸਟ ਘਟਦਾ ਹੈ ਜੀ ਇਹਦਾ ਇੱਕ ਤਾਂ ਚਲੋ ਅੱਛੀ ਚੀਜ਼ ਸਮਝਦੇ ਆਂ ਦੂਜੇ ਪਾਸੇ ਜਿਹੜੇ ਸਾਡੇ ਬੈਠੇ ਨੇ ਬਿਲਡਿੰਗ ਵਾਲੇ ਤੇ ਚੱਕ ਲੋ ਮਤਲਬ ਘਰਾਂ ਦੀ ਸੇਲ ਲਾਉਣ ਵਾਲੇ ਉਹਨਾਂ ਨੇ ਦੁਬਾਰਾ ਅਗ ਲਾ ਦੇਣੀ ਘਰਾਂ ਦੀ ਮਾਰਕੀਟ ਤੇ ਫਿਲਹਾਲ ਅਸੀਂ ਗੱਲਬਾਤ ਕਰਦੇ ਆਂ ਮਾਰਕੀਟ ਦੇ ਹਾਲਾਤ ਬਾਰੇ ਤੇ ਸਾਡੇ ਨਾਲ ਨੇ ਸੁਰਿੰਦਰਪਾਲ ਸਿੰਘ ਜੀ ਗੁੱਡ ਮਾਰਨਿੰਗ ਸ਼ਮੀਲ ਜੀ ਆਪ ਜੀ ਨੂੰ ਵੀ ਔਰ ਰੈਡ ਐਫ ਐਮ ਦੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਹੋ ਰਤਾਬ ਜੀ ਸੋ ਪਹਿਲਾਂ ਆਪਾਂ ਮਾਰਕੀਟ ਦੇ ਹਾਲਾਤ ਨੇ ਉੱਥੋਂ ਸ਼ੁਰੂ ਕਰਦੇ ਹਾਂ ਮੂਡ ਕੀ ਅੱਜ ਮਾਰਕੀਟ ਦਾ ਮਾਰਕੀਟ ਦਾ ਮੂਡ ਬਹੁਤ ਵਧੀਆ ਹੈ ਸਰ ਮਾਰਕੀਟ ਦਾ ਮੂਡ ਇਸ ਹਫਤੇ ਹੀ ਬਹੁਤ ਵਧੀਆ ਰਿਹਾ ਚੰਗੀਆਂ ਖਬਰਾਂ ਤੁਸੀਂ ਦੇਖੋ ਕੈਨੇਡਾ ਵੱਲੋਂ ਏਸੀਬੀ ਇਨਫਲੇਸ਼ਨ ਦੀ ਰਿਪੋਰਟ ਜਿਹੜੀ ਇਸ ਹਫਤੇ ਆਈ ਵਾਸ ਬੈਟਰ ਦੈਨ ਐਕਸਪੈਕਟਿਡ ਕਿਉਂਕਿ ਲਾਸਟ ਮੰਥ ये एक्सपेक्टेशन की जाती सी भी फैबर शायद इनफ्लेन बजाय जनवरी जो टू पॉइंट नाइन से भी वधेगी मोर दैन थ्री परसेंट होएगी घटी आ टू पॉइंट एट परसेंट हुई और फूड इन्फ्लेशन विच इज़ कोर रेट वो टू पॉइंट फोर परसेंट है मेजर कॉन्ट्रीब्यूटर जोड़ा है इन्फ्लेशन वधन इंट्रस्ट रेट सेवंटी सिक्स परसेंट पिछली फबररी टू थाउजेंड ट्वेंटी थ्री तो ट्वेंटी फोर तक कह लो ट्वेंटी सिक्स परसेंट ਲੋਕਾਂ ਦਾ ਇੰਟਰਸਟ ਮਾਰਗੇਜ ਜੜੀ ਹੈ ਉਹ ਵਧਿਆ ਹੈਗਾ ਆ ਔਰ ਟ੍ਰਾਂਸਪੋਰਟੇਸ਼ਨ ਕਾਸਟ ਵਧੀ ਹੈਗੀ ਕੱਟੀ ਕੀ ਚੀਜ਼ ਹੈ ਕੱਟੀ ਹੈਗੀ ਆ ਜਿਹੜੀ ਖਾਸ ਤੌਰ ਤੇ ਟੈਲੀਕਮਿਊਨੀਕੇਸ਼ਨ ਦੇ ਅੰਦਰ ਸੈਲਫੋਨ ਦੇ ਬਿਲਸ ਜਾਂ ਜਿਹੜੇ ਤੁਸੀਂ ਇਹ ਡਾਟਾ ਲੈਣੇ ਆ ਜਾਂ ਇੰਟਰਨੈਟ ਲੈਣੇ ਆ ਉਹਦੇ ਬਿਲ ਜਿਹੜੇ ਆ ਉਹ 11% ਕੱਟੀ ਨੇ ਪਿਛਲੇ ਸਾਲ ਨਾਲੋਂ ਪਰ ਦਿਸ ਵਾਸ ਅ ਵੈਰੀ ਗੁੱਡ ਨਿਊਜ਼ ਕਿਉਂਕਿ ਅਸੀਂ ਚਾਹੁੰਦੇ ਵੀ ਹਾਂ ਬੈਂਕ ਆਫ ਕੈਨੇਡਾ ਦਾ ਗਵਰਨਰ ਵੀ ਇਹ ਚਾਹੁੰਦਾ ਵੀ ਜਿਹੜਾ ਇਹੋ 인ਫਲੇਸ਼ਨ ਜਿਹੜੀ ਹੈ 2% ਦੇ ਕਰੀਬ ਆਵੇ ਤਾਂ ਉਹ ਇੰਟਰਸਟ ਜਿਹੜੇ ਡਿਗਣੇ ਸ਼ੁਰੂ ਕਰਨ ਤੇ ਇਹਦੇ ਨਾਲ ਥੋੜੀ ਉਮੀਦ ਥੋੜੀ ਜਿਹੀ ਉਮੀਦ ਇਹ ਬਣੀ ਆ ਵੀ ਸ਼ਾਇਦ ਹੋ ਸਕਦਾ April ਤੋਂ ਹੀ there are 25% probability the bank of canada will start reducing interest rates or otherwise June or July ਸਤੇ almost 75 to 100% ਹੈਗੇ ਨਹੀਂ ਕੱਲਾ ਕੈਨੇਡਾ ਤੋਂ ਹੀ ਨਹੀਂ ਅਮਰੀਕਾ ਤੋਂ ਵੀ ਚੰਗੀ ਖਬਰ ਇਹ ਹੈਗੀ ਆ ਕਿ ਫੈਡ ਰਿਜ਼ਰਵ ਦੀ ਦੋ ਦਿਨ ਦੀ ਮੀਟਿੰਗ ਸੀਗੀ ਕਿਉਂਕਿ ਫੈਡ ਰਿਜ਼ਰਵ ਹਾਲਾਂਕਿ ਅਮਰੀਕਾ ਦੇ ਇੰਟਰਸਟ ਨੂੰ ਡਿਸਾਈਡ ਕਰਦਾ ਆ ਲੇਕਿਨ ਮੋਸਟਲੀ ਕੰਟਰੀ ਜਿਹੜੇ ਨੇ ਅਮਰੀਕਾ ਤੋਂ ਸੇਧ ਲੈਂਦੇ ਨੇ ਫੈਡ ਰਿਜ਼ਰਵ ਨੇ ਲਾਸਟ ਈਅਰ ਡਿਸੰਬਰ ਚ ਕੀ ਕਿਹਾ ਸੀ ਆ ਕਿ ਉਹ 2024 ਚ ਤਿੰਨ ਵਾਰੀ 25 ਬੇਸਿਸ ਪੁਆਇੰਟ ਕਰਕੇ ਇੰਟਰਸਟ ਡੇਗਣਗੇ ਪਰ ਜਿਸ ਤਰ੍ਹਾਂ ਜਨਵਰੀ ਫਰਵਰੀ ਚ ਉਹਨਾਂ ਦੀ ਇਕਨੋਮੀ ਬੜੀ ਰੌਬਸਟ ਇਕਨੋਮੀ ਸੀ ਉਹਨਾਂ ਦੀ ਜਿਹੜੀ ਇਨਫਲੇਸ਼ਨ ਇਜ਼ ਮੋਰ ਥੈਨ 3% ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਇਹ ਡਿਲੇ ਕਰ ਦਣਗੇ ਔਰ ਯਾ ਨਾ ਕਰਨ ਤੇ ਇਸ ਮੀਟਿੰਗ ਦੇ ਅੰਦਰ ਉਹਨਾਂ ਨੇ ਇਸ ਹਫ਼ਤੇ ਦੁਹਰਾਇਆ ਕਿ ਹੀ ਉਹ ਬਾਜ਼ਦ ਨਹੀਂ ਉਹ ਤਿੰਨ ਵਾਰੀ ਇੰਟਰਸਟ ਡੇਗਣਗੇ ਸਾਲ ਦੇ ਅੰਦਰ ਹੋ ਸਕਦਾ ਥੋੜਾ ਜਿਹਾ ਲੇਟ ਹੋ ਗਿਆ ਦੇਰ ਆਈ ਸੋ ਦੁਰਸਤਾਏ ਇਹ ਚੰਗੀ ਖਬਰ ਸੀਗੀ ਕੱਲ ਅਚਾਨਕ ਸਵਿਟਜ਼ਰਲੈਂਡ ਨੇ ਸਿਸ ਨੈਸ਼ਨਲ ਬੈਂਕ ਨੇ ਆਪਣਾ ਇੰਟਰਸਟ 25 ਬੇਸਿਸ ਪੁਆਇੰਟ ਡੇਕ ਦਿੱਤਾ ਜੀ ਇਹ ਵੀ ਬੜੀ ਚੰਗੀ ਖਬਰ ਹੈ ਕਿ ਇੱਕ ਰੁਝਾਨ ਬਣਿਆ ਹੈ ਹਾਲਾਂਕਿ ਸਵਿਟਜ਼ਰਲੈਂਡ ਜਿਹੜਾ ਨੈਸ਼ਨਲ ਬੈਂਕ ਹੈ ਉਹਦੀ ਆਪਣੀ ਜਿਹੜੀ ਹਾਲੇ ਮੀਟਿੰਗ ਨਹੀਂ ਸੀ ਇੰਟਰਸਟ ਬਾਰੇ ਜਿਸ ਤਰ੍ਹਾਂ ਸਾਡੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹਮਨ ਲੋ ਨੈਕਸਟ ਅਪ੍ਰੈਲ ਚੇਗੀ ਹੈ ਵੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਅਚਨਚੇਤ ਫੈਸਲਾ ਲਿਆ ਵੀ 25 ਬੇਸਿਸ ਪੁਆਇੰਟ ਇੰਟਰਸਟ ਡੇਕ ਦਿੱਤਾ ਹੈ ਸੋ ਬੇਸਿਕਲੀ ਜਿਹੜਾ ਇੱਕ डिप्रेशिंग मूड ਬਣ ਰਿਹਾ ਇਕਨੋਮੀ ਦਾ ਉਹਨੂੰ ਸਾਈਕੋਲੋਜੀਕਲ ਬੂਸਟ ਦੇਣ ਲਈ ਆਦਰਵਾਇਜ਼ ਤੇ ਸਿੰਬੋਲਿਕ ਹੀ ਹੈ ਕੋਈ ਇਹਦੇ ਨਾਲ ਕੋਈ ਜਿਹੜਾ 25 ਜਿਹੜੇ ਬੇਸਿਸ ਪੁਆਇੰਟ ਨੇ ਵਧਾਉਣ ਨਾਲ ਘਟਾਉਣ ਨਾਲ ਕੋਈ ਇਹ ਤਾਂ ਹੈ ਨਹੀਂ ਕਿ ਬਹੁਤ ਵੱਡਾ ਫਰਕ ਪੈਣ ਵਾਲਾ ਨਹੀਂ ਦੂਸਰਾ ਇਹ ਦੋ ਗੱਲਾਂ ਸਰ ਇਟਸ ਡਿਪੈਂਡਸ ਹਾਊ ਯੂ ਲੁੱਕ ਐਟ ਇਟ ਹਾਫ ਕਲਾਸ ਐਮਟੀ ਔਰ ਹਾਫ ਕਲਾਸ ਫੁੱਲ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਹਾਂ ਸਰ ਕਿ ਜੋ ਕੁਆਂਟੀਟੇਟਿਵ ਟਾਈਟਨਿੰਗ ਸੀਗੀ ਉਹ ਅੰਤ ਹੋ ਚੁੱਕੀ ਹੈ ਬੈਂਕ ਆਫ ਕੈਨੇਡਾ ਜਾਂ ਜਿੰਨੇ ਵੀ ਸੈਂਟਰਲ ਬੈਂਕ ਗਵਰਨਰ ਸੇ ਜੋ ਅੰਨੇ ਵਾਰ 10 11 ਵਾਰੀ ਉਹਨਾਂ ਨੇ 2022 ਤੋਂ ਇੰਟਰਸਟ ਵਧਾਏ ਆ ਉਹ ਬੰਦ ਹੋ ਗਿਆ ਸਿਲਸਿਲਾ ਜੜੀ ਇਨਫਲੇਸ਼ਨ ਇੱਕ ਹੈਟਕ ਬਣੀ ਹੋਈ ਸੀ ਕੀ ਉਹ ਇਨਫਲੇਸ਼ਨ ਦਾ ਰੁਝਾਨ ਥੱਲੇ ਵੱਲ ਹੈ ਗਿਆ ਰਾਹਤ ਮਿਲ ਮਿਲ ਗਈ ਠੀਕ ਹੈ ਹਾਂ ਰਾਹਤ ਮਿਲੀ ਹੈ ਤੇ ਹੁਣ ਰਾਹਤ ਜੜੀ ਆਖਿਰ ਚ ਹੈਗੀ ਆ ਉਹ ਇੰਟਰਸਟ ਰੇਟਸ ਦੀ ਹੈ ਔਰ ਇੰਟਰਸਟ ਰੇਟ ਜੜੀ ਹੈ ਇਹ ਕੈਨੇਡਾ ਦੇ ਅੰਦਰ ਵੀ ਐਕਸਪੈਕਟਿਡ ਹੈ ਕਿ 50 ਟੂ 75 ਬੇਸਿਸ ਪੁਆਇੰਟ ਇਸ ਸਾਲ ਠੀਕ ਹੈ ਸ਼ੁਰੂਆਤ 25 ਨਾਲ ਸ਼ੁਰੂ ਹੋਊਗੀ ਵੇ 50 ਟੂ 75 ਬੇਸਿਸ ਪੁਆਇੰਟ ਜੇ ਅਸਲ ਦੇਖ ਦਿੰਦੇ ਆ ਨੈਕਸਟ ਈਅਰ 2025 ਦੇ ਅੰਦਰ ਆਲਮੋਸਟ 1% ਦੇ ਦਿੰਦੇ ਆ ਤੇ ਮੈਂ ਸਮਝਦਾ ਜੀ ਕਾਫੀ ਹੱਦ ਤੱਕ ਰਾਹਤ ਜੜੀ ਹੈ ਲੋਕਾਂ ਨੂੰ ਜਿਹੜੇ ਹੋਮ ਬਾਏਰਸ ਹੈਗੇ ਨੇ ਜਿਨ੍ਹਾਂ ਨੇ ਵੈਰੀਏਬਲ ਰੇਟਸ ਤੇ ਮਾਰਗੇਜ ਲਈ ਹੋਈ ਹੈ ਜਾਂ ਜਿਨ੍ਹਾਂ ਨਵੇਂ ਲੋਕ ਜਿਨ੍ਹਾਂ ਨੇ ਘਰ ਲੈਣੇ ਨੇ ਉਹਨਾਂ ਦੇ ਕੁਆਲੀਫਿਕੇਸ਼ਨ ਪ੍ਰੋਸੈਸ ਵੀ ਈਜ਼ੀ ਹੋ ਜਾਏਗਾ ਉਹਨਾਂ ਦੀ ਘਰ ਦੀ ਅਫੋਰਡੇਬਿਲਟੀ ਵੀ ਚੰਗੀ ਹੋ ਜਾਏਗੀ ਬਿਜ਼ਨੈਸਸ ਲਈ ਵੀ ਬਹੁਤ ਫਾਇਦਾ ਹੋਏਗਾ ਕਿ ਬਿਜ਼ਨੈਸਸ ਨੂੰ ਕੈਰੀਇੰਗ ਕਾਸਟ ਜਿਹੜੀ ਇੰਟਰਸਟ ਦੀ ਹੈ ਉਹ ਘਟ ਪਏਗੀ ਔਰ ਇਹ ਇਹ ਗੱਲ ਚੰਗੀ ਹੈਗੀ ਸਰ ਇਹ 올 ਓਵਰ ਵਰਲਡ ਜਿਹੜੀ ਹੈ ਸੋ ਇਹਦਾ ਇਹਦਾ ਇੱਕ ਸਾਈਕੋਲੋਜੀਕਲ ਇੰਪੈਕਟ ਵੀ ਅੱਛਾ ਪਊਗਾ ਬਹੁਤ ਵੱਡਾ ਸਾਈਕੋਲੋਜੀ ਥੋੜਾ ਜਿਹਾ ਜਿਹੜਾ ਇੱਕ ਮੂਡ ਉਸ ਤਰ੍ਹਾਂ ਦਾ ਬਣਿਆ ਹੋਇਆ ਹਾਂ ਲੋਕਾਂ ਦੀ ਸਰ ਉਮੀਦਾਂ ਬਹੁਤ ਚਿਰ ਤੋਂ ਲੋਕ ਤਾਂ ਪਿਛਲੇ 6 ਮਹੀਨਿਆਂ ਤੋਂ ਉਮੀਦ ਲਗਾ ਕੇ ਬੈਠੇ ਆ ਤੇ ਇਹੀ ਚੀਜ਼ ਚੰਗੀ ਗੱਲ ਹੈਗੀ ਆ ਔਰ ਜੇ ਤੁਸੀਂ ਦੇਖੋ ਹੋਰ ਓਵਰਆਲ ਚਾਈਨਾ ਤੋਂ ਵੀ ਚੰਗੀਆਂ ਖਬਰਾਂ ਹੈ ਚਾਈਨਾ ਦੀ ਜਿਹੜੀ ਨੰਬਰਸ ਆਇਆ ਰਿਟੇਲ ਸੇਲਸ ਅਪ ਔਰ 8 ਸਾਲ ਚ ਪਹਿਲੀ ਵਾਰੀ ਹੋਇਆ ਹੈ ਕਿ ਰਿਟੇਲ ਸੇਲਸ ਚਾਈਨਾ ਦੀਆਂ ਚੰਗੀਆਂ ਆਈਆਂ ਹੈਗੀਆਂ ਔਰ ਦੂਸਰਾ ਜਿਹੜਾ ਉਹਨਾਂ ਦਾ ਹਾਊਸਿੰਗ ਸੈਕਟਰ ਹੈ ਉਹ ਵੀ ਕੁਝ ਹੱਦ ਤੱਕ ਥੋੜਾ ਬਸ ਸਟੇਬਲਾਈਜ਼ ਹੋ ਰਿਹਾ ਹੈ ਬੇਸ਼ੱਕ ਦੋ ਵੱਡੀਆਂ ਕੰਪਨੀਆਂ ਚਾਈਨਾ ਗਾਰਡਨ ਐਂਡ ਐਵਰਗ੍ਰੀਨ ਇਸ ক্লোਜ਼ ਟੂ ਬੈਂਕਰਪਸੀ ਪਰ ਲੇਕਿਨ ਚਾਈਨੀਜ਼ ਗਵਰਨਮੈਂਟ ਨੇ ਜਿਹੜਾ ਉਹਨਾਂ ਚਾਈਨਾ ਦਾ ਜਿਹੜਾ ਸੈਂਟਰਲ ਬੈਂਕ ਹੈ ਉਹਨੇ ਵੀ ਮਾਰਗੇਜ ਇੰਟਰਸਟਿਡ ਆਪਣੇ ਜਿਹੜੇ ਹਾਊਸ ਹੋਲਡ ਲਈ ਉਹ ਘਟਾਇਆ ਹੈਗਾ ਆ ਔਰ ਨਾ ਤਾਂ 25 ਬੇਸਿਸ ਐਕਸਪੈਕਟ ਸੋ ਕੁੱਲ ਮਿਲਾ ਕੇ ਪੂਰੀ ਦੁਨੀਆ ਚੋਂ ਇਕਨੋਮੀ ਬਾਰੇ ਥੋੜਾ ਕੁਛ ਕੁਛ ਥੋੜਾ ਬਹੁਤ ਇਨਕਰੇਜਿੰਗ ਨਿਊਜ਼ ਯੈਸ ਇਟਸ ਅ ਵੈਰੀ ਇਨਕਰੇਜਿੰਗ ਨਿਊਜ਼ ਸਰ ਆਈ ਲੁੱਕ ਐਟ ਇਟ ਵੈਰੀ ਪੋਜ਼ਿਟਿਵ ਵੇ ਕਿ ਇਹ ਜਿਹੜੀ ਉਹ ਕਹਿ ਲੋ ਕਿ ਨੈਗੇਟਿਵਿਟੀ ਸੀ ਪੈਸਿਮਿਜ਼ਮ ਸੀਗਾ ਉਦਾ ਅੰਤ ਹੋਣ ਜਾ ਰਿਹਾ ਹੈ ਔਰ ਇਕਨੋਮੀ ਵੀ ਜਿਹੜੀ ਹੈ ਇਸ ਸਾਲ ਠੀਕ ਹੈ ਇੰਨੀ ਫਾਸਟ ਗਰੋ ਨਹੀਂ ਕਰੇਗੀ ਨੈਕਸਟ ਈਅਰ ਵਧੀਆ ਗਰੋ ਕਰੇਗੀ ਜਦੋਂ ਇੰਟਰਸਟ ਔਰ ਲੋ ਹੋਣਗੇ ਜੌਬ ਅਪਰਚੂਨਿਟੀ ਕੰਫੀਡੈਂਸ ਲੋਕਾਂ ਦਾ ਇਨਵੈਸਟਰ ਦਾ ਤੇ ਬਾਕੀ ਲੋਕਾਂ ਦਾ ਬਣਨਾ ਸ਼ੁਰੂ ਹੋਏਗਾ ਸਰ ਜੇ ਤੁਸੀਂ ਇਨਵੈਸਟਰ ਦਾ ਕੰਫੀਡੈਂਸ ਦੇਖੋ ਸਟਾਕ ਮਾਰਕੀਟ ਇਜ਼ ਅ ਬੈਟਰ ਬੈਰੋਮੀਟਰ which tells you ਸਟਾਕ ਮਾਰਕੀਟ ਇਜ਼ 올 ਟਾਈਮ ਹਾਈ ਚਾਹੇ ਟ੍ਰਾਟੋ ਸਟਾਕ ਐਂਡ ਐਸਏ ਡਾਉ ਜونز ਐਂਡ ਨਾਸਡੈਕ ਐ ਤੁਸੀਂ ਦੇਖੋ ਵੀ ਕੰਪਨੀਆਂਜ਼ ਚਾਹੇ ਨਾਟ ਓਨਲੀ ਦੀ ਆਰਟੀਫੀਸ਼ਲ ਇੰਟੈਲੀਜੈਂਸ ਚ ਅੱਜ ਫੈਡੈਕਸ ਦੀ ਸਵੇਰੇ ਰਿਪੋਰਟ ਆਈ ਹੈ ਫੈਡੈਕਸ ਨੇ ਫੈਡੈਕਸ ਇਜ਼ ਅ ਗੁੱਡ ਕੰਪਨੀ ਜਿਹੜੀ ਕਿ ਓਵਰਆਲ ਕਿਉਂਕਿ ਗੁੱਡਸ ਦੀ ਮੂਵਮੈਂਟ ਜਿਹੜੀ ਹੈ ਉਹ ਫੈਡੈਕਸ ਦੇ ਥਰੂ ਜ਼ਿਆਦਾ ਹੁੰਦੀ ਹੈ ਠੀਕ ਹੈ ਇਟ ਟੈਲਸ ਯੂ ਹਾਊ ਦ ਇਕਨੋਮੀ ਇਜ਼ ਮੂਵਿੰਗ ਫੈਡੈਕਸ ਨੇ ਵੀ ਕਿਹਾ ਹੈ ਕਿ ਉਹਨਾਂ ਦਾ ਆ ਸਾਲ ਚੰਗਾ ਹੋਏਗਾ ਔਰ ਫੈਡੈਕਸ ਨੇ 5 ਬਿਲੀਅਨ ਡਾਲਰ ਦੇ ਆਪਣੇ ਸ਼ੇਅਰ ਬਾਇ ਬੈਕ ਕਰ ਰਹੇ ਹੈ 댓 ਮੀਨਸ ਦੇ ਹੈਵ ਅ ਕੰਫੀਡੈਂਸ ਇਨ ਦ ਇਕਨੋਮੀ ਐਂਡ ਦ ਕੰਫੀਡੈਂਸ ਇਨ देयर ਓਨ ਕੰਪਨੀ ਪਰ ਦੂਜੇ ਪਾਸੇ ਇਥੋਂ ਦੀ ਕੰਪਨੀ ਲੂਲੂ ਲੈਮਨ ਜੜੀ ਕੀ ਕਹਿ ਲੋ ਕਿ ਬੜੇ ਐਕਸਪੈਂਸਿਵ ਜਿਹੜੇ ਕਪੜੇ ਬਣਾਉਂਦੀ ਆ ਉਹ ਕੰਪਨੀ ਦੀ ਗਾਈਡੈਂਸ ਲੋ ਹੈਗੀ ਆ ਸੋ ਉਹ ਕੰਪਨੀ ਦੇ ਹਾਲਾਂਕਿ ਪ੍ਰੋਫਿਟ ਜਿਹੜਾ ਹੈ ਪਿਛਲੇ ਸਾਲ ਨਾਲੋਂ ਕਈ ਗੁਣਾ ਵਧ ਆਇਆ ਜਿਹੜਾ ਆਇਆ ਆ ਲੇਕਿਨ ਫਿਊਚਰ ਚ ਉਹ ਦੱਸਦੇ ਆ ਵੀ ਲੋਕਾਂ ਕੋਲ ਮਾਰਗੇਜ ਦਾ ਬੋਝ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਐਕਸਪੈਂਸਿਵ ਜਾਂ ਲਗਜ਼ਰੀ ਜਿਹੜੇ ਇਹ ਕਪੜੇ ਆ ਉਹ ਨਹੀਂ ਲੈਣੇ ਹੈਗੇ ਜਾਂ ਘੱਟ ਲੈਣਗੇ ਤੇ ਉਹਨਾਂ ਦੀ ਜਿਹੜੀ ਫਿਊਚਰ ਗਾਈਡੈਂਸ ਬਲੀਕ ਹੈਗੀ ਹੈ ਇਸੇ ਨਾਈਕੀ ਦਾ ਹੈ ਨਾਈਕੀ ਇਸ ਆਲਸੋ ਯੂ نو ਐਕਸਪੈਂਸਿਵ ਸ਼ੂਜ਼ ਹੈ ਨਾਈਕੀ ਦੀ ਵੀ ਰਿਪੋਰਟ ਅਸਫਤੇ ਆਈ ਹੈ ਨਾਈਕੀ ਆਲਸੋ ਸੈਟ ਦ ਸੇਮ ਥਿੰਗ ਕਿ ਫਿਊਚਰ ਗਾਈਡੈਂਸ ਇਜ਼ ਬਲੀਕ ਇਜ਼ ਨੋਟ ਦਟ ਐਸ ਸਟਰੋਂਗ ਜੋ ਪਿਛਲੇ ਵੜੀ ਰਹੀ ਹੈ ਲੇਕ ਤੇ ਇਸੇ ਕਰਕੇ ਨਾਈਕੀ ਐਂਡ ਲੂ ਲੈਮਨ ਦੇ ਇਹਦੀ ਗਾਜਗਿਰੀ ਹੈ ਲੇਕਿਨ ਕੰਪਨੀਜ਼ ਲਾਈਕ ਫੈਡੈਕਸ ਦੇ ਹੈਵ ਸ਼ੋਨ ਕਿ ਫਿਊਚਰ ਗਾਈਡੈਂਸ ਵਧੀਆ ਹੋਏਗੀ ਸੋ ਓਵਰਆਲ ਇਕਨੋਮੀ ਦੇ ਅੰਦਰ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਐਥੇ ਰੇਡੀਓ ਤੇ ਵੀ ਮੈਂ ਦੱਸਦਾ ਹਾਂ ਨਾ ਕਿ देयर आर 12 13 ਡਿਫਰੈਂਟ ਸਬਸੈਕਟਰਸ ਨੇ ਦੇਖੋ ਮਾਰਕੀਟ ਨੇ ਉੱਤੇ ਜਾਣਾ ਆ ਲੇਕਿਨ ਮਾਰਕੀਟ ਦੇ ਕੁਝ ਸੈਕਟਰਸ ਨੇ ਬਹੁਤ ਉੱਤੇ ਜਾਣਾ ਕੁਝ ਨੇ ਘਟ ਉੱਤੇ ਜਾਣਾ ਕੁਝ ਨੇ ਥੱਲੇ ਡਿੱਗਣਾ ਆ ਸੋ ਯੂ हैव टू ਟੇਕ ਅ ਪੋਜੀਸ਼ਨ ਅਕੋਰਡਿੰਗਲੀ ਸਰ Apple ਦੇ ਸਟਾਕ ਬਾਰੇ ਇੱਕ ਮੇਰੇ ਕੋਲ ਸਵਾਲ ਆ ਉਹ ਉਹ ਉਹਨਾਂ ਨੂੰ ਕੀ ਹੋਇਆ yes sir apple ਦੇ ਅੰਦਰ ਵੀ ਕਿਉਂਕਿ ਆ ਵਾਲੀ ਕਾ ਐਕਸਪੈਂਸਿਵ ਫੋਨ ਹੈਗਾ 스마트ਫੋਨ ਇਹਦੇ ਤੇ ਵੀ ਗਾਜ ਡਿੱਗੀ ਹੈ ਔਰ ਕਾਸ ਔਰ ਤੇ ਚైనా ਦੇ ਅੰਦਰ ਇਹਦਾ ਰੁਝਾਨ ਘਟਿਆ ਹੈ ਚਾਈਨਾ ਦੀ ਆਪਣੀ ਕੰਪਨੀ ਹੈ ਵਾਵਏ ਉਹ ਕੰਪਨੀ ਆਪਣੇ ਸੈਲਫੋਨ ਬਣਾ ਕੇ ਵੇਚਦੀ ਹੈ ਉਸ ਕੰਪਨੀ ਦੇ ਵੀ ਕਾਫੀ ਜਿਹੜੇ ਹੈ ਮਾਡਰਨ ਫੋਨ ਹੈਗੇ ਆ ਉਸ ਕੰਪਨੀ ਨੇ ਟਾਲਾਈ ਐਪਲ ਨੂੰ ਔਰ ਇਸ ਕਰਕੇ ਐਪਲ ਦਾ ਸਟਾਕ ਥਲੇ ਹੈ ਨਾਟ ਓਨਲੀ ਦਸ ਅਜ ਦਾ ਟੈਸਲਾ ਇਜ਼ ਆਲਸੋ ਡਾਊਨ ਦ ਰੀਜ਼ਨ ਬੀਇੰਗ ਕਿ ਟੈਸਲਾ ਦੀ ਚਾਈਨਾ ਦੇ ਅੰਦਰ ਇਹ ਪ੍ਰੋਡਕਸ਼ਨ ਜੜੀ ਆ ਕੱਟੀ ਹੈਗੀ ਆ ਔਰ ਚਾਈਨਾ ਦੇ ਅੰਦਰ ਇਨ ਫੈਕਟ ਟੈਸਲਾ ਇਸ ਨੋ ਨੰਬਰ 2 EV uh, maker uh, first is the BYD or BYD is also taking lot of uh, market share Europe de andar in fact a thon das de america de andar hon ek defense da ek bill leke honge defense de art ch inane e mein lagda BYD company nu no ban karan ge kyunki e piche news hi ke company like BYD can flood the chinese electric vehicle in north america ਔਰ ਇਹ ਦਿਨਾਂ ਤੋਂ ਟੈਸਲਾ ਨਾਲੋਂ ਅੱਧੇ ਰੇਟ ਤੇ ਹੈਗੀਆਂ ਕਾਰਾਂ ਉਹਨਾਂ ਦੀਆਂ ਔਰ ਅੱਛੇ ਅੱਛੇ ਮਾਡਲ ਹੈ ਗਏ ਆ ਪਰ ਇਹ ਨਹੀਂ ਚਾਹੁੰਦੇ ਕਿ ਚਾਈਨੀਜ਼ ਜਿਹੜੀਆਂ ਕੰਪਨੀਆਂ ਇੱਥੇ ਆ ਕੇ ਆਪਣੇ ਮਾਲ ਵੇਚਣ ਕਿਉਂਕਿ ਅਮਰੀਕਨ ਸਰਕਾਰ ਤਾਂ ਕੰਪਨੀ ਦੀ ਸਰਕਾਰ ਹੈ ਕਾਰਪੋਰੇਟ ਦੀ ਸਰਕਾਰ ਹੈ ਜੀ ਮਤਲਬ ਤੁਸੀਂ ਕਹਿੰਦੇ ਅਮਰੀਕਨ ਪ੍ਰੋਟੈਕਟ ਕਰਨੇ ਉਹਨਾਂ ਦੀ ਮੈਂ ਦੇਖੋ ਸਰ ਅਮਰੀਕਾ ਦਾ ਇੱਕ ਹੈ ਕਿ ਉਹਨਾਂ ਦਾ ਹੁਣ ਸਟੈਂਡ ਬੜਾ ਕਲੀਅਰ ਹੈ ਕਿ ਚਾਈਨਾ ਨੂੰ ਨਹੀਂ ਉੱਤੇ ਆਉਣ ਦੇਣਾ ਉਹ ਕਹਿੰਦੇ ਆ ਤੁਸੀਂ ਦੇਖੋ ਉਹਨਾਂ ਨੇ ਪਿੱਛੇ ਪਿੱਛੇ ਡਿਫੈਂਸ ਐਕਟ ਦੇ ਅੰダー ਜਿਹੜਾ ਹੈ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਦਰ ਵੀ ਉਹਨਾਂ ਨੇ ਜਿਹੜੀਆਂ ਚਿਪਸ ਮੇਕਰ ਕੰਪਨੀਆਂ ਲਾਈਕ ਐਨਵੀਡੀਆ ਜਾਂ ਏਐਮਡੀ ਜਾਂ ਅਪਲਾਈਡ ਮਟੀਰੀਅਲ ਉਹਨਾਂ ਨੂੰ ਖਾਸ ਕਿਹਾ ਆ ਕਿ ਤੁਸੀਂ ਆਪਣੇ ਚਿਪਸ ਚਾਈਨਾ ਨੂੰ ਨਹੀਂ ਵੇਚ ਸਕਦੇ ਜਿਹੜੇ ਹਾਈ ਐਫੀਸ਼ੀਐਂਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਚਿਪਸ ਆ ਤੁਸੀਂ ਚਾਈਨਾ ਨੂੰ ਨਹੀਂ ਵੇਚ ਸਕਦੇ ਔਰ ਇਨੀ ਫ੍ਰੀਕੁਐਂਸੀ ਤੁਸੀਂ ਚਾਈਨਾ ਨੂੰ ਬੇਚ ਸਕਦੇ ਆ ਇਸ ਤੋਂ ਵੱਧ ਫ੍ਰੀਕੁਐਂਸੀ ਵਾਲੇ ਇਸ ਤੋਂ ਵੱਧ ਐਫੀਸ਼ੀਐਂਸੀ ਵਾਲੇ ਤੁਸੀਂ ਚਾਈਨਾ ਨੂੰ ਵੇਚ ਸਕਦੇ ਔਰ ਨਾ ਤੁਸੀਂ ਕਿਸੇ ਐਸੇ ਕੰਟਰੀ ਨੂੰ ਬੇਚ ਸਕਦੇ ਆ ਜਿਹੜਾ ਅੱਗੇ ਚਾਈਨਾ ਨੂੰ ਦੇ ਦੇ ਜਿਹੜਾ ਅੱਗੇ ਚਾਈਨਾ ਨੂੰ ਵੇਚੇ ਤੇ ਨਾ ਤੁਸੀਂ ਉਹ ਮਸ਼ੀਨਾਂ ਬੇਚ ਸਕਦੇ ਆ ਤੇ ਮਤਲਬ ਸਾਫ਼ ਕਿਹਾ ਹੈ ਮਤਲਬ ਇਹ ਨਹੀਂ ਐ ਵੀ ਦਖਾਂ ਨੂੰ ਕੁਝ ਹੋ ਰਿਹਾ ਹੈ ਭਈ ਕਹਿਣ ਨੂੰ ਕੁਝ ਹੋ ਰਿਹਾ ਹੈ ਦੇ ਆਰ ਐਬਸੋਲੂਟਲੀ ਬਲੰਟ ਕਿ ਉਹ ਚਾਈਨਾ ਨੂੰ ਉਹਨਾਂ ਨੇ ਉੱਤੇ ਨਹੀਂ ਆਣ ਦੇਣਾ ਔਰ ਚਾਈਨੈਸ ਗਵਰਨਮੈਂਟ ਦੀ ਵੀ ਆਪਣੀ ਦੇਖੋ ਸਰ ਪਾਲਿਸੀਜ਼ ਰਹੀਆਂ ਹਨ ਚਾਈਨਾ ਹੁਣ ਉਸ ਮਕਾਮ ਤੇ ਖੜਾ ਹੋ ਗਿਆ ਕਿ ਇਹ ਨਾ ਤਾਂ ਪਿਓਰ ਕਮਿਊਨਿਸਟ ਕੰਟਰੀ ਹੈ ਨਾ ਹੀ ਕੈਪੀਟਲਿਸਟ ਕੰਟਰੀ ਹੈਗਾ ਚਾਈਨੀਜ਼ ਗਵਰਨਮੈਂਟ ਇਜ਼ অলਸੋ ਫੀਲਿੰਗ ਦ ਹੀਟ ਆਫ ਕਾਰਪੋਰੇਟ ਚਾਇਨਾ اور ਇਸੇ ਕਰਕੇ ਤੁਸੀਂ ਦੇਖੋ ਕਿ ਇਹਨਾਂ ਨੇ ਗਾਜ ਜਿਹੜੀ ਅਲੀ ਬਾਬਾ ਸੈਕੰਡ ਲਾਰਜੈਸਟ ਕੰਪਨੀ ਜਿਹੜੀ ਹੈਗੀ ਹੈ ਇਹਦੇ ਅੰਦਰ ਈ-ਕਾਮਰਸ ਦੇ ਅੰਦਰ ਜੇ ਐ ਜਾਕ ਮਾਤੇ ਨਾ ਡਿੱਗੀ ਹੁੰਦੀ ਗਾਜ ਅੱਜ ਅਲੀ ਬਾਬਾ ਕੰਪਨੀ Amazon ਵਰਗੀ ਵੱਡੀ ਕੰਪਨੀ ਹੋਣਾ ਸੀਗਾ ਕਿਉਂਕਿ ਸ਼ੁਰੂਆਤ ਦੇ ਅੰਦਰ it was neck to neck with the Amazon ਪਰ ਅੱਜ ਕਿੱਥੇ ਉਹ ਕੰਪਨੀ ਅਲੀ ਬਾਬਾ ਰਹਿ ਗਈ ਹੈਗੀ ਐ ਇਸ ਕੰਪਨੀ ਦਾ ਆਪਣਾ ਇੱਕ ਨਵਾਂ IPO ਆਉਣਾ ਸੀ right share ਕੰਪਨੀ ਜਿਵੇਂ Uber ਦਾ ਹੈਗਾ ਹੈ Lyft ਦਾ ਹੈਗਾ ਦੀਦੀ ਤੁਹਾਨੂੰ ਪਤਾ ਹੋਵੇਗਾ ਪਹਿਲੇ ਦਿਨ ਹੀ IPO ਜਦੋਂ ਆਉਣਾ ਸੀਗਾ ਤੇ ਉਹ ਉਹਨਾਂ ਨੂੰ ਵਿਡਰੋ ਕਰਨਾ ਪਿਆ ਅੰਡਰ ði ਪ੍ਰੈਸ਼ਰ ਆਫ ði ਗਵਰਨਮੈਂਟ ਆਫ ਚਾਈਨਾ ਸੋ ਕਹਿੰਦਾ ਭਾਵੇਂ ਹੈ ਕਿ ਉਹਨਾਂ ਦੀ ਆਈਡਿਓਲੋਜੀ ਜਿਹੜੀ ਹੈ ਉਹ ਅਗੇਂਸਟ ਕਾਰਪੋਰੇਟ ਹੈਗੀ ਆ ਲੇਕਿਨ ਐਟ ਦ ਸੇਮ ਟਾਈਮ ਕਾਰਪੋਰੇਟ ਵੀ ਇੰਨਾ ਵੱਡੇ ਹੋ ਚੁੱਕੇ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰ ਆ ਚੁੱਕੇ ਹੈ ਇੰਡਸਟ੍ਰੀਅਲਾਈਜੇਸ਼ਨ ਹੋ ਚੁੱਕੀ ਹੈ ਚਾਈਨਾ ਅੱਜ ਤੋਂ 40 ਸਾਲ ਪਹਿਲਾਂ ਵਾਲਾ ਚਾਈਨਾ ਨਹੀਂ ਰਿਹਾ ਇਸ ਕਰਕੇ ਉਸ ਗਵਰਨਮੈਂਟ ਨੂੰ ਇਹ ਰਿਐਲਿਟੀ ਫੇਸ ਕਰਨੀ ਆਉਹੀ ਲੱਗੀ ਆਪਣੇ ਇੰਟਰਨਲ ਕਨਟਰਡਿਕਸ਼ਨ ਨੇ ਬਹੁਤ ਜੀ ਖੈਰ ਜੀ ਅਗਲਾ ਜਿਹੜਾ ਇੱਕ ਆਖਰੀ ਸਵਾਲ ਹੀ ਹੁਣ ਹੋਏਗਾ ਆਪਣੇ ਗਵਰਨਮੈਂਟ ਵੀ ਦੋ ਹੀ ਰਹਿ ਗਏ ਕਿ ਜੇ ਰੇਟ ਆਫ ਇੰਟਰਸਟ ਘਟਦਾ ਹੈ ਕਿ ਤਾਂ ਇੱਕ ਤਾਂ ਚਲੋ ਅੱਛੀ ਚੀਜ਼ ਸਮਝਦੇ ਆਂ ਦੂਜੇ ਪਾਸੇ ਜਿਹੜੇ ਸਾਡੇ ਬੈਠੇ ਨੇ ਬਿਡਿੰਗ ਵਾਲੇ ਤੇ ਚੱਕ ਲੋ ਮਤਲਬ ਘਰਾਂ ਦੀ ਸੇਲ ਲਾਉਣ ਵਾਲੇ ਉਹਨਾਂ ਨੇ ਦੁਬਾਰਾ ਅੱਗ ਲਾ ਦੇਣੀ ਘਰਾਂ ਦੀ ਮਾਰਕੀਟ 'ਚ ਅ ਟਫ ਹੈ ਸਰ ਇਟ ਵਿਲ ਬੀ ਇਕਵਿਲੀਬਰੀਅਮ ਕਿਉਂਕਿ ਬਹੁਤ ਸਾਰੇ ਲੋਕ ਸ਼ਮਿਲ ਜੀ ਇਹੋ ਜਿਹੇ ਵੀ ਨਹੀਂ ਜਿਹੜੇ 2 ਸਾਲ ਤੋਂ ਬੰਨੇ ਹੋਏ ਨੇ ਬੰਨੇ ਹੋਏ ਤੋਂ ਕਹਿਣ ਦਾ ਭਾਅ ਹੈ ਲੋਕਾਂ ਨੇ 2 2 3 3 ਘਰ ਲਏ ਹੋਏ ਨੇ ਕੈਰੀਂਗ ਕਾਸਟ ਉਹਨਾਂ ਘਰਾਂ ਦੀ ਜ਼ਿਆਦਾ ਹੈਗੀ ਆ ਅਫੋਰਡ ਨਹੀਂ ਕਰ پا ਰਹੇ ਹੋ ਉਹ ਆਪਣੇ ਪੱਲਿਓ ਪੈਸੇ ਪਾ ਕੇ ਬੇਸ਼ੱਕ ਰੈਂਟ ਤੇ ਚੜ੍ਹੇ ਹੋਏ ਨੇ ਲੇਕਿਨ ਰੈਂਟ ਇਨਾ ਨਹੀਂ ਆਉਂਦਾ ਕਿ ਉਹ ਸਫੀਸ਼ੀਐਂਟ ਹੋਏ ਕਿ ਸੈਲਫ ਕੇਰਿੰਗ ਕਪੈਸਿਟੀ ਹੋਵੇ ਉਹਨੂੰ ਚਲਾ ਰਹੇ ਨੇ ਉਹ ਜਦੋਂ ਪ੍ਰਾਈਸਸ ਥੋੜੇ ਠੀਕ ਹੋਏ ਉਸ ਤੋਂ ਆਪਣੀ ਜਾਨ ਛੜਾਉਣਗੇ ਨੰਬਰ 1 ਹਮਮ ਨੰਬਰ 2 ਕਈ ਲੋਕ ਹੁਣ ਜਿਹਨੇ ਇਨਵੈਸਟਰ ਹੈ ਆਈ ਡੋਨਟ ਥਿੰਕ ਸੋ ਇਨਵੈਸਟਰ ਕੋਈ ਐਸਾ ਬੇਵਕੂਫ ਹੋਏਗਾ ਵੀ ਜੇ ਉਹ 네ਗੇਟਿਵ ਕੈਸ਼ ਫਲੋ ਵਾਲੀ ਕੋਈ ਪ੍ਰਾਪਰਟੀ ਬਾਇ ਕਰੇਗਾ ਜਸਟ ਬੇਸਡ ਔਨ ਅ ਸਪੇਕੂਲੇਟਰ ਤੇ ਤੁਸੀਂ ਗੱਲ ਵੀ ਹੈਗੀ ਸਰ ਕਿ ਹੁਣ ਉਹ ਬਹਾਰਾਂ ਜਿਹੜੀਆਂ ਤੁਸੀਂ ਦੇਖੀਆਂ ਸੀ ਕੋਵਿਡ ਦੇ ਟਾਈਮ ਉਹ ਨੰਗੀਆਂ ਉਹ ਨੰਗ ਗਿਆ ਉਹ ਕੋਈ 10 20 ਸਾਲ ਚੋਂ ਦੂਸਰੀ ਕਿ ਡਿਵੈਲਪਮੈਂਟ ਹੋਰ ਵੀ ਹੋਈ ਹੈ ਜਿਵੇਂ ਕੱਲ ਫੈਡਰਲ ਗਵਰਨਮੈਂਟ ਨੇ ਅਨਾਉਂਸ ਕੀਤਾ ਹੁਣ ਸਰਕਾਰ ਥੋੜਾ ਇਮੀਗ੍ਰੇਸ਼ਨ ਵਾਲਾ ਸਾਰਾ ਕੁਝ ਟਾਈਟ ਕਰ ਰਹੀ ਹੈ ਇਮੀਗ੍ਰੇਸ਼ਨ ਟਾਈਟ ਕਰ ਰਹੀ ਹੈ ਹਾਊਸਿੰਗ ਸਪਲਾਈ ਇਨਕਰੀਸ ਕਰੇਗੀ ਰੈਂਟ ਪਰਪਸ ਲਈ ਜਿਹੜੇ ਘਰ ਬਣਾਉਣੇ ਆ ਉਹਨਾਂ ਨੂੰ ਡਿਸਕਾਊਂਟ ਦੇएगी ਕਿਉਂਕਿ ਮੋਸਟਲੀ ਸਰ ਜੇ ਤੁਸੀਂ ਦੇਖੋ 30 40 ਸਾਲ ਚ ਇੱਥੇ ਟ੍ਰਾਂਟੋਨ ਤੇ ਵਿੰਕਵਰ ਕਿੰਨੀਆਂ ਕਿ ਨਵੀਆਂ ਰੈਂਟਲ ਬਿਲਡਿੰਗਾਂ ਬ ਹਰਲੀ ਇਹ ਨਹੀਂ ਕੋਈ ਬਿਲਡਿੰਗ ਬਣੀ ਹੈ ਸੋ ਰੈਂਟਲ ਸਪਲਾਈ ਵਾਸ ਡਨ ਬਾਈ ਦੀ ਜਿਹੜਾ ਤੁਸੀਂ ਕਹਿ ਸਕਦੇ ਇੰਡੀਵਿਜੂਅਲ ਇਨਵੈਸਟਰ ਤੇ ਇੰਡੀਵਿਜੂਅਲ ਇਨਵੈਸਟਰ ਕੋਈ ਇਨਸਫੀਸਕੀਟਡ ਤਰ੍ਹਾਂ ਹੁੰਦਾ ਸਰ ਜਿੱਤੇ ਇੰਸਟੀਚੂਨ ਇਨਵੈਸਟਰ ਜਿਹੜੇ ਨੇ ਉਹਨਾਂ ਕੋਲ ਬੈਕਅਪ ਵੀ ਚੰਗਾ ਹੁੰਦਾ ਹੈ ਉਹਨਾਂ ਨੂੰ ਟੈਕਸੇਸ਼ਨ ਦੇ ਕਈ ਫਾਇਦੇ ਹੁੰਦੇ ਆ ਪਲੱਸ ਉਹਨਾਂ ਕੋਲ ਜਿਹੜੀ ਨੋਲਜ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਦੇਖੋਗੇ ਅਗਲੇ 3 ਟੂ 5 ইয়ারਸ ਇੱਕ ਕਾਂਡੋ ਮਾਰਕੀਟ ਦੇ ਅੰਦਰ ਇੱਕ ਦਾ ਕਾਫੀ ਪ੍ਰਭਾਵ ਨਜ਼ਰ ਆਏਗਾ ਕਿ ਜਿਹੜੇ ਕਾਂਡੋ ਮੋਸਟਲੀ ਲੋਕਾਂ ਨੇ ਬਾਏ ਕਰਕੇ ਰੈਂਟ ਤੇ ਦਿੱਤੇ ਹੋਏ ਹੁਣ ਵੀ ਕੋਈ ਸੈਲਫ ਕੇਰਿੰਗ ਕਪੈਸਿਟੀ ਨਹੀਂ ਹੈ ਹੁਣ ਵੀ ਤੁਸੀਂ ਬਿਸ਼ੱਕ ਕਿਸੇ ਰੀਅਲ ਏਸਟੇਟ ਵਾਲੇ ਬੰਦੇ ਨੂੰ ਬੁਲਾ ਲਓ ਵੀ ਤੁਸੀਂ ਟੋਰਾਂਟੋ ਵੈਂਕੂਵਰ ਚ ਕੋਈ ਕਾਂਡੋ ਆਜ ਦੀ ਡੇਟ ਚ ਭਈ ਮੈਂ ਇੰਨੇ ਦਾ ਕਾਂਡੋ ਲਿਆ ਆ ਤੇ ਮੇਰਾ ਰੈਂਟ ਇਸ ਤੋਂ ਵੱਧ ਆਏਗਾ ਵੀ ਤੋੜਾ ਕੇ ઓર ਇੰਟਰਸਟ ਪਲੱਸ ਜਿਹੜਾ ਉਹਦਾ ਮੇਨਟੇਨੈਂਸ ਐਕਸਪੈਂਸ ਜਿਹੜਾ ਹੈਗਾ ਆ ਉਹ ਪਾ ਲੋ ਕਦੀ ਨਹੀਂ ਹੋ ਸਕਦਾ ਸਰ ਰੈਂਟਲ ਮਾਰਕੀਟ ਵੀ ਵੀਕ ਹੋ ਰਹੀ ਹੈ ਬਲਕਿ ਜੀ ਹੋਏਗੀ ਕਿਉਂਕਿ ਇੱਕ ਤੇ ਜਿਹੜੇ ਕਾਨੂੰਨ ਇਹੋ ਜਿਹੇ ਨੇ ਉਹਨਾਂ ਕਰਕੇ ਪ੍ਰੋਬਲਮ ਆ ਰਹੀ ਹੈ ਜੀ ਦੂਜਾ ਹੁਣ ਜਦੋਂ ਇਮੀਗ੍ਰੇਸ਼ਨ ਦਾ ਲੈਵਲ ਘਟ ਗਿਆ ਤੇ ਥੋੜਾ ਜਿਹਾ ਜਿਹੜੀ ਹੁਣ ਅੱਗ ਲੱਗੀ ਸੀ ਜੀ ਜੀ ਉਹ ਵੀ ਉਹ ਵੀ ਮਤਲਬ ਸੈਟਲ ਹੋਣੀ ਚਾਹੀਦੀ ਆ ਜਿਹੜੀਆਂ ਪ੍ਰਾਈਸੇਸ ਨੇ ਉਹਨਾਂ ਨੂੰ ਹੁਣ ਸਪੋਰਟ ਨਹੀਂ ਕਰ ਸਕਗੇ ਜਿਹੜੇ ਬੇਮਤਲਬ ਦੀਆਂ ਪ੍ਰਾਈਸਸ ਵਧੀਆਂ ਸ। ਯੈਸ 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 ਐਬਸੋਲੂਟਲੀ ਸਪੈਕੂਲੇਟਰਸ ਜਿਹੜੇ ਹੋਣੇ ਵੀ ਨਹੀਂ ਚਾਹੀਦੇ ਸਰ। ਸਪੈਕੂਲੇਟਰਸ ਜਿਹੜੇ ਹੈ ਮਾਰਕੀਟ ਨੂੰ ਡਿਸਟਰੋਏ ਕਰਦੇ ਆ ਚਾਹੇ ਉਹ ਹਾਊਸਿੰਗ ਮਾਰਕੀਟ ਹੋਵੇ ਚਾਹੇ ਸਟਾਕ ਮਾਰਕੀਟ ਹੋਵੇ। ਸਟਾਕ ਮਾਰਕੀਟ 'ਚ ਵੀ ਇਸ ਤਰ੍ਹਾਂ ਦਾ ਸਟਾਕ ਮਾਰਕੀਟ ਡੇ ਟਰੇਡਰ ਹੁੰਦੇ ਆ ਉਹ ਕਿਤੇ ਰਾਤੋਂ ਰਾਤ ਐਸੀ ਕੰਪਨੀ ਦਾ ਸ਼ੇਅਰ ਕਿਥੋਂ ਤੋਂ ਕਿਤੇ ਲੈ ਜਾਂਦੇ ਆ। ਔਰ ਪਰ ਜਦੋਂ ਵੀ ਤੁਸੀਂ ਇਫ ਯੂ ਆਰ ਅ ਇਨਵੈਸਟਰ ਥਿੰਕ ਲਾਈਕ ਐਨ ਇਨਵੈਸਟਰ ਡੋਨਟ ਥਿੰਕ ਲਾਈਕ ਅ ਡੇ ਟਰੇ ਔਰ ਇਹੀ ਹਮੇਸ਼ਾ ਮੈਂ ਕਹਿਣਾ ਕਿ ਇਨਵੈਸਟਮੈਂਟ ਜਿਹੜੀ ਹੈ ਇਹ ਬੜੀ ਟੈਕਨੀਕਲ ਚੀਜ਼ ਹੈ ਕਿ ਇਹ ਇਦਾਂ ਨਹੀਂ ਹੈਗਾ ਭਈ ਤੁਸੀਂ ਜਿਵੇਂ ਘੋੜਿਆਂ ਦੀ ਰੇਸ ਤੇ ਪੈਸੇ ਲਾਤੇ ਵੀ ਮੈਂ 10 ਡਾਲਰ ਲਾਏ ਤਾਂ 100 ਬਣ ਜਾਣੇ ਸ਼ਾਮ ਤੱਕ ਇਸ ਤਰ੍ਹਾਂ ਨਹੀਂ ਹੈਗਾ ਇਫ ਯੂ ਆ ਆਪਣਾ ਜੌਬ ਤੁਸੀਂ ਸਹੀ ਤਰ੍ਹਾਂ ਕਰਦੇ ਆ ਚਾਹੇ ਘਰ ਵੀ ਹੈ ਇਨਵੈਸਟਮੈਂਟ ਤੁਸੀਂ ਘਰਾਂ ਚ ਵੀ ਕਰਨੀ ਹੈ ਪ੍ਰੋਪਰ ਤੁਸੀਂ ਆਪਣੀ ਹੋਮਵਰਕ ਕਰੋ ਵੀ ਇਹਦੀ ਕੈਰੀਿੰਗ ਕਾਸਟ ਨਹੀਂ ਹੈ ਮੈਨੇਜਮੈਂਟ ਕਾਸਟ ਨਹੀਂ ਹੈ ਵੇਅਰ ਟੇਅਰ ਕਾਸਟ ਨਹੀਂ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਇੰਨੇ ਜਿਹੜੀ ਇਨਕਮ ਆਉਗੀ ਕੀ ਇਹ ਸਫੀਸ਼ੀਐਂਟ ਹੈਗੀ ਹੈ ਇਫ ਸਫੀਸ਼ੀਐਂਟ ਹੈ ਦਨ ਯੂ ਸ਼ੁੱਡ ਡੂ ਇਟ ਬਿਲਕੁਲ ਤੇ ਆਈ ਡਾਊਟਡ ਕਿ ਇਨਵੈਸਟਰ ਜਿਹੜੇ ਆ ਅਨਲੈਸ ਕਿ ਕੋਈ ਹੋਰ ਅਚਾਨਕ ਕੋਈ ਸਬ ਬੈਨੀਫਿਟ ਨਾ ਆ ਜਾਏ ਮੈਨੂੰ ਨਹੀਂ ਲੱਗਦਾ ਕਿ ਇਨਵੈਸਟਰਸ ਦੇ ਵਿਲ ਜੰਪ ਇਨਟੂ ਦ ਮਾਰਕੀਟ ਇਨ ਫੈਕਟ ਇਨਵੈਸਟਰਸ ਬਾਹਰ ਆਉਣਗੇ ਸਰ ਰੀਅਲ ਬਾਇਰ ਜਿਹੜੇ ਆ ਉਹ ਛੋਟੇ ਘਰ ਬਾਇ ਕਰਨ ਜੀ ਬਹੁਤ ਸ਼ੁਕਰੀਆ ਜੀ ਤੇ ਆਖਰ ਚ ਆਪਣਾ ਨੰਬਰ ਸ਼ੇਅਰ ਕਰ ਦਿਓ ਸ਼ੋਰ ਸਰ ਇਫ ਪਰਸਨ ਹੈਜ਼ ਐਨੀ ਕੁਐਸਚਨ ਅਬਾਊਟ ਐਨੀ ਇੰਸ਼ੋਰੈਂਸ ਇਨਵੈਸਟਮੈਂਟ या जड़ी है प्लानिंग फाइनैशियल प्लानिंग बारे दैन मी ए कॉल मेरा नंबर है जी फोर वन सिक्स फाइव सैवन थ्री फोर सैवन नाइन एट पंजाबी चार सौ सोलह पौ तिहत्तर संताली अठानवे शुक्रिया थैंक यू थैंक यू